ਸ਼ਾਹੀਨ ਕਾਸਮੈਟਿਕਸ ਐਪ ਪਹੁੰਚੇ ਹਾਂ ਜੋ ਬਲੋਟ ਚੌਕ ਰਹਿਮਾਨ ਮੈਡੀਕਲ ਸਿਟੀ ਹਸਪਤਾਲ ਰਹਿਮਾਨ ਮੈਡੀਕਲ ਸਟੋਰ ਜਨਾਬ ਸਮਾਨੀ ਸੁਪਰ ਸਟੋਰ ਅੱਗੇ ਖਾਨ ਮੈਡੀਕਲ ਸਟੋਰ ਸਮਾਨੀ ਇੱਧਰ ਗਾਂ ਵੀ ਚੜ੍ਹਨੀਆਂ ਪਈਆਂ ਇਹ ਪੁਨ ਗ੍ਰਾਂ ਜਨਾਬ ਇਹਦੇ ਬੂਟੇ ਕੱਪੀ ਤਾਂ ਇਹ ਬੂਟੇ ਤਾਂ ਛੋਨੇ ਨਹੀਂ ਨਾ ਮਿਲਣਾ ਇੱਕ ਜਿਹੜਾ ਸੁੱਕਾ ਲੱਭੇ ਨਾ ਸਿੱਧਾ ਘਰ ਰੱਖ ਹੈ ਨਾਲ ਹੀ ਠਿਪਰਾ ਵੀ ਚੰਗਾ ਸਾਈਜ਼ ਲਪੜਾਈ ਨਾ ਹੋਵੇ ਕਿਲੋ ਲੱਗ ਅਸਲਾਮ ਵਾਲੇਕੁਮ ਦੋਸਤੋ ਉਮੀਦ ਕਰਸਾਂ ਸਾਰੇ ਠੀਕ ਹੋ ਸੋ ਵੀਡੀਓ ਨਾਲ ਕਰਨੇ ਹੈ ਜੀ ਆਗਾਜ਼ ਅੱਜ ਮਾਸ਼ਾਅੱਲਾ ਅੱਜ ਦੁਆ ਦਿਹਾੜਾ ਆ ਬਾਰਿਸ਼ ਲੱਗੀ ਹੋਈ ਹੈ ਕੱਲ੍ਹ ਵੀਡੀਓ ਕੋਈ ਬਣਾਈ ਅਤੇ ਅੱਜ ਮੈਂ ਚਲੋ ਅੱਜ ਵਲੋਗ ਸ਼ੁਰੂ ਕਰਨੇ ਹਾਂ ਅੱਜ ਚੈੱਕ ਕਰੋ ਮਾਸ਼ਾਅੱਲਾ ਜ਼ਬਰਦਸਤ ਹੈ ਬਹੁਤ ਹੀ ਪਿਆਰਾ ਅੱਜ ਮੌਸਮ ਹੈ ਠੀਕ ਹੈ ਜੀ ਹੁਣ ਬਾਰਿਸ਼ ਖਲਦੀ ਹੈ ਨਿੱਕੀ ਨਿੱਕੀ ਕੱਲ੍ਹ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਖਾਸ ਤੌਰ ਪਰ ਅੰਕਰਾ ਕੰਡੋਰ ਖਾਦਮਾਬਾਦ ਇੱਧਰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਸਾਡੇ ਇੱਧਰ ਫਿਰ ਚਲੋ ਇਤਨੀ ਨਹੀਂ ਹੋਈ ਹੈ ਥੋੜ੍ਹੀ ਜਿਹੀ ਤੇਜ਼ ਹੋਈ ਹੈ ਕੱਲ੍ਹ ਨਹੀਂ ਗੱਲ ਕਰਨਾ ਪਿਆ ਪਰ ਮੱਠੀ ਮੱਠੀ ਜਨਾਬ ਲੱਗੀ ਰਹੀ ਹੈ ਪਰ ਅੱਜ ਵੀ ਨਿੱਕੀ ਨਿੱਕੀ ਹੋਣ ਲੱਗੀ ਵੀ ਆ ਬਾਰਿਸ਼ ਸੁਬਾਹ ਨਹੀਂ ਇਹ ਬੁਣ ਗਈਆਂ ਛੀਆਂ ਚਿਰਨੀਆਂ ਪਿਆ ਤੱਕ ਹੋਣਾ ਇਹ ਗਈਆਂ ਚਿਰਨੀਆਂ ਪਈਆਂ ਇਹ ਪਾਰ ਕਾਲੂ ਨਹੀਂ ਹੈ ਹੈ ਜੀ ਜਾਈ ਰਹੇ ਸਾਈ ਸਰਵਰ ਆਰ ਮੋਟਰਸਾਈਕਲ ਤੱਕ ਨਾ ਜਾਂ ਮੈਂ ਮੋਟਰਸਾਈਕਲ ਪਜਾਈ ਰਹੇ ਪੁਰਾਣੇ ਪਰ ਠੀਕ ਹੈ ਜੀ ਦੋਸਤੋ ਇਨਸ਼ਾਅੱਲਾ ਹੁਣ ਜਿਹੜੀ ਰੂਟੀਨ ਹੋਈ ਜਿਹੜੇ ਇਨਸ਼ਾਅੱਲਾ ਤੁਸਾਂ ਨਾਲ ਸ਼ੇਅਰ ਕਰਸਾਂ ਤਾਂ ਇਨਸ਼ਾਅੱਲਾ ਹੁਣ ਵੀਡੀਓ ਸ਼ੁਰੂ ਕਰੀ ਉੜੀ ਹੈ ਹੁਣ ਇਨਸ਼ਾਅੱਲਾ ਬੱਲੇ ਬੱਲੇ ਇਸ ਕੀ ਪਾਇਆ ਤਕਮੀਲ ਤੱਕ ਆਸਾਂ ਪਹੁੰਚਾਸਾਂ ਤਾਂ ਉਮੀਦ ਕਰਸਾਂ ਕਿ ਵੀਡੀਓ ਚੰਗੀ ਲੱਗਸੀ ਚੈਨਲ ਕੇ ਲਾਜ਼ਮੀ ਸਬਸਕ੍ਰਾਈਬ ਕਰੀ ਉੜਿਆ ਵੀਡੀਓ ਲਾਈਕ ਕਰੀ ਉੜਿਆ ਅਤੇ ਸ਼ੇਅਰ ਕਰੀ ਉੜਿਆ ਠੀਕ ਹੈ ਜੀ ਦੋਸਤੋ ਇਨਸ਼ਾਅੱਲਾ ਮਿਲਦੇ ਹਾਂ ਦੋਸਤੋ ਹੁਣ ਟਾਈਮ ਹੋ ਗਿਆ ਤਕਰੀਬਨ ਪੇਸ਼ੀ ਨਾ ਪੇਸ਼ੀ ਹੋਣੇ ਲਈ ਬਲਕਿ ਇੱਕ ਹੋਈ ਗਿਆ ਅਜ਼ਾਨਾਂ ਛਾਨ ਹੋਈ ਗਈਆਂ 12:45 ਬਦਰ ਸਾਹਿਬ ਸਾਡੀ ਅਜ਼ਾਨ ਹੋਣੀ ਹੈ ਤਾਂ ਉਹ ਨਿੱਕੀ ਨਿੱਕੀ ਬਾਰਿਸ਼ ਲੱਗੀ ਹੈ ਉਹ ਜੁਲਿਆ ਡਡਿਆਲਦਰ ਅਤੇ ਕਿਸੇ ਕੋਲ ਨਿੱਕੀ ਨਿੱਕੀ ਜਿਹੜੀ ਬਾਰਿਸ਼ ਹੈ ਨਾ ਉਹ ਹੁਣ ਲੱਗੀ ਵੀ ਹੈ ਨਿੱਕੀਆਂ ਨਿੱਕੀਆਂ ਕੜੀਆਂ ਲੱਗੀਆਂ ਮਾਫੀ ਸਟਾਰਟ ਹੋ ਗਈਆਂ ਹੁਣ ਠੀਕ ਹੈ ਹੁਣ ਇਨਸ਼ਾਅੱਲਾ ਦੱਸਾਂ ਕਿ ਨਾਲੋ ਨਾਲ ਦੱਸਣੇ ਜਾਸਾਂ ਠੀਕ ਹੈ ਜੀ ਇਹ ਤੱਕ ਮਾਸ਼ਾਅੱਲਾ ਕਿਤਨੀ ਥੋੜ੍ਹੀਆਂ ਕੜੀਆਂ ਲੱਗਣੀਆਂ ਬਹਰਹਾਲ ਜੀ ਮੋੜਨੇ ਹਾਂ ਗੱਡੀ ਗੱਡੀ ਕਰਨੇ ਹਾਂ ਸਟਾਰਟ ਗੱਡੀ ਡੀਜ਼ਲ ਵੀ ਥੋੜ੍ਹਾ ਰਹਿਣਾ ਇਨਸ਼ਾਅੱਲਾ ਇਹ ਵੀ ਬਹਾਸਾਂ ਅੱਜ ਸਾਰਾ ਖੜਾ ਥੋੜ੍ਹਾ ਜਿਹਾ ਮੁਸ਼ਕਲ ਹੈ ਇਨਸ਼ਾਅੱਲਾ ਜਿਹੜਾ ਹੈ ਨਾ ਬਸ ਰੁਕ ਜਾ ਕਰਵਾ ਲਈਏ ਚਲੋ ਜੀ ਚਲੋ ਜੀ ਸਫ਼ਰ ਸਾਡਾ ਸ਼ੁਰੂ ਹੋ ਗਿਆ ਜੀ ਡਡਿਆਲੀ ਤਰਫ ਬਿਲਕੁਲ ਜਿਹਾ ਫਿਲਹਾਲ ਤਾਂ ਆਪਣੀ ਕਸਾਈ ਜੀ ਹਾਂ ਨਾਲੋ ਨਾਲ ਨਿਸ਼ਾਨਾ ਵਿੱਚ ਵਿੱਚ ਕਲਿੱਪ ਤੁਸਾਂ ਅੱਗੇ ਦੱਸਾਂ ਬਹੁਤ ਲੰਮੇ ਕਲਿੱਪ ਨਾ ਬਣਾਉਣਾ ਸ਼ਾਰਟ ਜੇ ਰੱਖਸਾਂ ਇਨਸ਼ਾਅੱਲਾ ਬਿਲਕੁਲ ਜੀ ਦੋਸਤੋ ਚੌਂਤਰਾ ਪਹੁੰਚੇ ਹਾਂ ਜੀ ਆਪਣਾ ਚੌਂਤਰਾ ਸੋ
ਤੋਂ ਗੱਡੀ ਡੀਜ਼ਲ ਪਾਉਣ ਗਿਆ, ਐਂ ਤੱਕ ਉਹ ਪੈਟਰੋਲ ਪੰਪ ਖਾਲੀ ਗਿਆ, ਟੋਟਲ ਪੈਟਰੋਲ ਪੰਪ। ਦੋਸਤੋ ਹੁਣ ਜਾਸਾਂ ਅਸਾਂ ਸ਼ਾਹੀਨ ਕਾਸਮੈਟਿਕ ਪਰ, ਉੱਥੋਂ ਕਿਸਾਂ ਜਨਾਬ ਦਵਾਈਆਂ, ਅਤੇ ਫਿਰ ਇਨਸ਼ਾਅੱਲਾ ਮੁੜੀ ਘਰ ਵਾਲੀ ਜਾਣ, ਕਿਉਂਕਿ ਕੰਮ ਜਿਹੜਾ ਸਾਡਾ ਸੀ ਨਾ ਉਹ ਦਵਾਈਆਂ ਕਿੰਨਾ ਸੀ, ਅਤੇ ਪੁੱਛੀਏ ਐਸ ਸੀ ਓ ਸਾਹਮਣੇ ਜਨਾਬ ਸਾਨੂੰ ਤੱਕ ਹੀ ਸਕਣੇ ਹੋ ਸ਼ਾਹੀਨ ਕਾਸਮੈਟਿਕਸ ਐਪ ਪੁੱਛੀਏ ਆ। ਰਸ਼ ਬੜਾ ਇੱਥੇ, ਗੱਡੀ ਕਲਾਸਾਂ ਵਾਪਸ ਮੋੜੀ ਤਾਂ ਬਲਕਿ ਠੀਕ ਹੈ ਜੀ। ਜੀ ਦੋਸਤੋ ਦਵਾਈਆਂ ਚਾਹੀਦੀਆਂ ਹੁਣ ਜਨਾਬ ਵਾਪਸ ਚਾਹੀਦੀਆਂ ਘਰ ਵਾਲੀ ਸਾਈਡ, ਤੱਕ ਹੀ ਸਕਣੇ ਹੋ ਬਲੋਟ ਚੌਕ ਰਹਿਮਾਨ ਮੈਡੀ ਸਿਟੀ ਹਸਪਤਾਲ, ਰਹਿਮਾਨ ਮੈਡੀਕਲ ਸਟੋਰ ਜਨਾਬ, ਸਮਾਨੀ ਸੁਪਰ ਸਟੋਰ ਅੱਗੇ, ਖਾਨ ਮੈਡੀਕਲ ਸਟੋਰ, ਸਮਾਨੀ ਮੈਡੀਕਲ ਸਟੋਰ, ਇੱਧਰ ਹਾਂਡੀ ਆਈ ਗਿਆ, ਕੜਾਈ ਹਾਂਡੀ ਪਤਾ ਨਹੀਂ ਕਿ ਕੜਾਈ ਹਾਊਸ, ਇਹ ਆਈ ਗਿਆ, ਅਤੇ ਇਹ ਕੋਈ ਸੂਰਤ ਹਾਲ ਹੈ ਜਨਾਬ। ਹੁਣ ਟ੍ਰੈਫਿਕ ਖਾਲੀ ਗਿਆ ਕਿਉਂਕਿ ਸਕੂਲਾਂ 'ਚ ਹੋਈ ਹੈ ਛੁੱਟੀ, ਠੀਕ ਹੈ ਜੀ। ਇਨਸ਼ਾਅੱਲਾ ਅਸੀਂ ਮਿਲਦੇ ਹਾਂ ਅੱਗੇ ਨੈਕਸਟ ਵਿੱਚ, ਕਹਿ ਕੁਛ ਸਾਡੀ ਬੰਨੀ ਆ ਰੂਟੀਨ ਅੱਜ, ਕਿਉਂਕਿ ਅੱਜ ਸਾਡਾ ਵਿਲਾਗ ਹੀ ਸਦਾ ਹੀ ਹੈ, ਅਤੇ ਪਾਰਟ ਬਾਈ ਪਾਰਟ ਏ ਸੀ ਇਨਸ਼ਾਅੱਲਾ, ਜੇ ਕੁਝ ਹੋਇਆ ਇਨਸ਼ਾਅੱਲਾ ਅੱਲਾ ਨੇ ਹੁਕਮਾਂ ਨਾਲ, ਕਿਉਂਕਿ ਅੱਲਾ ਨੇ ਹੁਕਮ ਤੋਂ ਇਲਾਵਾ ਤਾਂ ਹੋਰ ਤਾਂ ਕੁਝ ਨਹੀਂ ਹੋਈ ਸਕਣਾ, ਤੁਸੀਂ ਪਤਾ ਹੈ ਉਸ ਨਾਲ ਹੁਕਮ ਹੋ ਸੀ ਤਾਂ ਸਭ ਕੁਝ ਹੋਣਾ, ਨਹੀਂ ਤਾਂ ਕੁਝ ਵੀ ਨਹੀਂ ਹੋਣਾ, ਠੀਕ ਹੈ ਜੀ। ਦੋਸਤੋ ਹੁਣ ਗੱਡੀ ਚਲਾਉਣਾ ਤਾਂ ਮਾੜੀ ਗੱਲ ਹੈ, ਮੋਬਾਈਲ ਇੱਥੇ ਲਪੜਿਆ ਵਾ ਤਾਂ ਵੀਡੀਓ ਬਣਾਉਣਾ, ਠੀਕ ਹੈ ਜੀ। ਇਸ ਸ਼ੈਲ ਪੈਟਰੋਲ ਪੰਪ ਆਪਣੇ ਮੁੜੀ ਅਸਾਂ ਸੱਜਾ ਮੁੜਸਾਂ ਸਿਆਹਲੀ ਰੋਡ। ਹਾਂ ਜੀ ਦੋਸਤੋ ਹੁਣ ਵਾਪਸ ਆਈ ਗਏ ਜੀ, ਗੱਡੀ ਖਿਲਾਈ ਉੜੀ ਅਸਾਂ, ਅਤੇ ਦਵਾਈਆਂ ਪੁੜੀਆਂ ਵਾ, ਅਤੇ ਮੈਂ ਤਾਂ ਕਹਿ ਗਾਈਆਂ ਨਾ ਸੀ ਨਾ ਮਾਸ਼ਾਅੱਲਾ, ਬੜਾ ਸੋਹਣਾ ਲੱਗਣਾ ਪਿਆ, ਕੱਸੀ ਪਿਰੀਆਂ ਵੀ ਚਰਨੀਆਂ ਪੀਆਂ, ਅਤੇ ਬਾਰਿਸ਼ ਵੀ ਥੋੜ੍ਹੀ ਜਿਹੀ ਖਲਤੀ ਆ, ਪਰ ਫਿਰ ਬੜਾ ਲੱਗੇ, ਫਿਰ ਭੜਾਸ ਬਣੀ ਆ, ਅਤੇ ਲੱਗਣਾ ਨਹੀਂ ਕਿ ਬੱਦਲ ਰੁਕਸੀ ਅੱਜ, ਕਿਉਂਕਿ ਜਿਸ ਤਰ੍ਹਾਂ ਭੜਾਸ ਹੋਣਾ ਸੀ ਪਤਾ ਹੈ ਕਿ ਜਿਸ ਤਰ੍ਹਾਂ ਭੜਾਸ ਵਹਿ ਤਾਂ ਹੋਰ ਬਾਰਿਸ਼ ਛਛਣੀ ਹੈ ਭੜਾਸਿਆਂ ਨਾਲ। ਚਲੋ ਜੀ ਇਨਸ਼ਾਅੱਲਾ ਮਿਲਿਆ ਸਾਂ ਕੀ ਬੱਕਰੀਆਂ ਆ ਜਾਣੀਆਂ ਨੀ ਸ਼ੋ ਇਹ ਅੱਜ ਬਾਰਿਸ਼ ਹੈ ਇੰਨਾ ਵੀ ਜਿਹੜਾ ਇੱਧਰ ਜਾਸੋ ਅਲਾ ਇੱਧਰ ਹੀ ਚਲੋ ਬੂ ਗੰਦ ਬਣੀਆਂ ਜੀ ਬੱਕਰੀਆਂ, ਯਕੀਨ ਕਰਸੋ ਛੇਡਾਂ ਥੱਲੇ ਖਲੀਆਂ ਬੜੀਆਂ ਮੀਂਗਣਾਂ ਕਰਨੀਆਂ ਹੈ ਤਾਂ ਕੋ ਮਾਸ਼ਾਅੱਲਾ ਕੁੱਗੀ ਵੀ ਬੋਲੀ ਵੀ ਨਾਲ ਆਵਾਜ਼ ਨਹੀਂ ਹੁਣ ਚੁੱਪ ਹੋਏਗੀ। ਇੱਧਰ ਗਾਂ ਵੀ ਚਰਨੀਆਂ ਪਈਆਂ, ਇਹ ਪੁੰਨ ਗ੍ਰਾਂ ਜਨਾਬ ਮਾਸ਼ਾਅੱਲਾ ਬਾਰਿਸ਼ ਕਰਦੀ ਹੈ ਤੇ ਕਿਤਨਾ ਪਿਆਰਾ ਮੌਸਮ ਹੋਈ ਗਿਆ, ਸਾਫ਼ ਸੁਥਰਾ ਮੌਸਮ ਹੋਈ ਗਿਆ, ਬੜੀ ਧੁੰਦ ਸੀ ਕੱਲ੍ਹ ਪਰਸੋਂ। ਚਲੋ 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 ਇਹਨਾਂ ਕਿ ਮੈਂ ਅੰਦਰ ਕਰੀ ਉੜਾਂ, ਹੁਣ ਇਹ ਬੈਠੀ ਵੀ ਆ ਕੜੁੱਕ 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 ਹੀ ਕਰਨੀ। ਚਲੋ ਜੀ ਇਹਨਾਂ ਨਾਲ ਕੰਮ ਹੋਈ ਹੋ ਗਿਆ ਤਮਾਮ। ਹਾਂਜੀ ਦੋਸਤੋ ਬੜੇ ਦਿਹਾੜਿਆਂ ਬਾਅਦ ਆ ਜਾਏ ਅੰਬ ਵਾਲੀ ਸਾਈਡ, ਅਤੇ ਤੱਕੇ ਤਾਂ ਕੁਝ ਵੀ ਨਹੀਂ ਰਿਹਾ, ਇਹ ਬੁੰਨ ਪਏ ਕੁੱਕੜ ਖਾਣੇ ਪਏ ਠੱਠੇ ਵੇ ਤੋਂ ਕੋ ਨਾਉਣ ਹੈ, ਇੱਕ ਦਿਸਿਆ ਪੱਕਿਆ ਵਾ ਐ ਵਿੱਚ ਲੱਗੇ ਆ,
ਠੀਕ ਹੈ ਹੈ ਇਹ ਕੋਈ ਪੱਕਾ ਲੱਗਣਾ ਤੇ ਤੱਕਣੇ ਆ ਕੀ ਕੁਛ ਚੀਰ ਕੇ ਹਟਾਉਣੇ ਆ ਸਾਡੇ ਕੋਲ ਫਿਲਹਾਲ ਤਾਂ ਬੁਣ ਪਤਾ ਨਹੀਂ ਭਾਈ ਭਰਾ ਜਾ ਕੇ ਕੈਸਣਾ ਆ ਅਸੀਂ ਤਾਂ ਕੀ ਕੁੱਕੜੇ ਵੀ ਨਸੀ ਭੈਣੇ ਪਤਾ ਤਾਂ ਐਸਾ ਲੱਗਣਾ ਕਿ ਤਿਆਰ ਹੀ ਹੈ ਤਿਆਰ ਕੋਣੀ ਜੀ ਇਸਨੇ ਵੀ ਔਲਾਦ ਜਿਹੜੇ ਇਹਨੂੰ ਔਲਾਦ ਇਸ ਕੀ ਵੀ ਚਿੜੀਆਂ ਖਾਧਾ ਵਾ ਇਹ ਤਾਂ ਕਿਸੇ ਕਹਿੰਦੇ ਵਾ ਚਿੜੀਆਂ ਖਾਧੀਆਂ ਲਿਆਦਾ ਇਹ ਇਹਨੇ ਕਿ ਇਸ ਕੀ ਕੁੱਕੜ ਖਾ ਸਾਨੂੰ ਇਹ ਕੁੱਕੜਾਂ ਦੇ ਵੱਲ ਆਇਆ ਹੁਣ ਖਾਓ ਖਾਓ ਜਾਣਿਆ ਯਾਸ਼ੀ ਮਾਰ ਇਸ ਕੀ ਵੀ ਨਹੀਂ ਪਸੰਦ ਮੁੰਡੀ ਮਾਰੀ ਹੋਣੀ ਸਾਣਾ ਨਾ ਖਾਣਾ ਐਸਾ ਹੀ ਲੱਭਾ ਇੱਕ ਹੋਰ ਇਹ ਵੀ ਤਿਆਰ ਹੈ ਬਿਲਕੁਲ ਅਸੀਂ ਧੋਸਾ ਉਹ ਟੁੱਟੀ ਲੱਗੀ ਵੀ ਤਾਂ ਫਿਰ ਅਸੀਂ ਚੈੱਕ ਕਰਨੇ ਹਾਂ ਕਿ ਪਾਣੀ ਵੀ ਇੱਧਰੋਂ ਚਲਾਈ ਜਾਣੇ ਆ ਮੋਟਰ ਲਾਈ ਹੁੰਦੇ ਹਾਂ ਬਾਕੀ ਗੱਡੀ ਖਲਾਸਾਂ ਗੈਰ ਜਾ ਫਿਰ ਮੁੜਸਾਂ ਵਾਪਸ ਇਹੋ ਜਿਹੀਆਂ ਟੈਂਕੀ ਜਿਹੜੀਆਂ ਨਾ ਭਰਨ ਜਾ ਸੀ ਟਾਈਮ ਨਹੀਂ ਹੋਈ ਜਾ ਸੀ ਇਹ ਬੱਚਤ ਠੀਕ ਹੈ ਜੀ ਹੁਣ ਵਾਲ ਖੋਲਿਆ ਵਾਲ ਕਰਨ ਬੰਦ ਕਰਨੇ ਆ ਮੋਟਰ ਆਨ ਕਰੀ ਅਤੇ ਫਿਰ ਇਨਸ਼ਾਅੱਲਾ ਜਿਹੜਾ ਹੈ ਨਾ ਅਸੀਂ ਲਾਈ ਜਾ ਸਾਂ ਇਹੋ ਜਿਹੀਆਂ ਟੈਂਕੀ ਭਰਨ ਜਾ ਸੀ ਮੁੜੀਏ ਸਾਂ ਦੇਖੋ ਗਾਂ ਛਾਲ ਮਾਰਨਗੀ ਇਹ ਦੰਦੀ ਉਹਨੂੰ ਹਾਂਜੀ ਦੋਸਤੋ ਫਾਈਨਲੀ ਜੀ ਹੁਣ ਆਈ ਗਏ ਜੀ ਜਾਣਾ ਪਿਆ ਛੱਪਰਾਂ ਵਾਲੀ ਸਾਈਡ ਅੱਜ ਢਲਿਆ ਮੈਂ ਡੇਮਾਂ ਵਾਲੀ ਸਾਈਡ ਜੁਲੇ ਹਾਂ ਅੱਜ ਕੋਈ 5-6 ਦਿਹਾੜੇ ਵੀ ਗਏ ਮੈਂ ਚਲੋ ਘੁਣੀ ਗਏ ਹਾਂ ਅੱਜ ਤੱਕ ਆਉਣੇ ਰਾਤੀ ਪਾਣੀ ਬੜਾ ਚੜਿਆ ਜੀ ਇਹ ਦੋਨੇ ਕਿਉਂਕਿ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਲਿਆਦਾ ਉਸ ਨਾਲ ਜਿਹੜਾ ਪਾਣੀ ਹੈ ਨਾ ਪਾਣੀ ਹੈ ਕਿ ਪਾਣੀਆਂ 'ਚ ਮਤਲਬ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੁਣ ਜੁਲੇ ਹਾਂ ਬੁਣ ਇਨਸ਼ਾਅੱਲਾ ਤੁਸਾਂ ਕਿ ਦੱਸਾਂ ਕਿ ਕਿਆ ਕੋਈ ਮਾਮਲਾ ਤੇ ਇਹ ਜੀ ਦੋਸਤੋ ਅਸਾਂ ਆਈ ਗਏ ਹਾਂ ਇਹ ਤਾਂ ਕਿਸੇ ਕਿਹੜਾ ਛੱਪਰਾਂ ਲੱਖੂ ਜਿਹੜਾ ਆ ਪੁਰਾਣਾ ਗ੍ਰਾਂ ਆ ਇਹ ਟੈਂਕੀ ਆ ਉਹਨਾਂ ਨੇ ਇਸ ਟੈਂਕੀ ਨਾਲ ਮਸਜਿਦ ਹੋਣੀ ਸੀ ਇਹ ਉਹ ਜਗ੍ਹਾ ਆ ਅੱਜ ਇਹ ਮਸਜਿਦ ਨਾ ਉਹ ਮੀਨਾਰ ਨਾ ਪਿਆ ਵਾ ਅੱਧਾ ਹਿੱਸਾ ਐਂ ਦੱਸ ਠੀਕ ਹੈ ਜੀ ਇਹ ਖੂਹ ਹੈ ਇਸ ਬਾੜੀ 'ਚ ਬਾਗ ਹੋਣਾ ਸੀ ਮਾਲਟੀਆਂ ਨਾਲ ਬਾਗ ਹੋਣਾ ਸੀ ਮੁਖਤਲਿਫ ਕਿਸਮ ਦੇ ਫਲਾਂ ਦੇ ਬੂਟੇ ਹੋਣੇ ਸੀ ਠੀਕ ਹੈ ਇਹ ਕਾਰ ਹੋਣੇ ਸੀ ਇੱਧਰ ਸਾਰੇ ਅਤੇ ਇਹ ਜਿੱਥੇ ਮੋਟਰਸਾਈਕਲ ਗੱਲ ਲੱਗੇ ਇਸ ਨੇ ਖਲਤੇ ਵੀ ਇੱਥੇ ਨਾਲ ਹੀ ਬੁਣ ਅੰਬਾਂ ਨੇ ਬੂਟੇ ਹੋਣੇ ਸੀ ਅੰਬਾਂ ਨੇ ਬੂਟੇ ਨਾਲ ਥੱਲੇ ਮਾਲ ਡੰਗਰ ਬੰਨੇ ਹੋਣੇ ਸੀ ਇਤਨਾ ਮੈਂ ਯਾਦ ਹੈ ਅਤੇ ਇਹੀ ਰਾਹ ਆਉਣਾ ਸੀ ਅੱਜ ਜਿੱਥੋਂ ਮੈਂ ਜਾਣਾ ਪਿਆ ਪੁਰਾਣਾ ਹਿਸਾਬ ਘਰ ਆਈ ਆਉਣਾ ਸੀ ਮੈਂ ਤਾਂ ਕਿ ਸ਼ੱਕਾ ਕੋਈ ਮੋਲ ਮਾਸ਼ਰਾ ਕੋਈ ਸ਼ਿਕਾਰੀ ਆਏ ਵੇ ਕੋਈ ਬੰਦਾ ਕੋਈ ਜਾਣੇ ਵਾਲਾ ਲੱਭੀ ਜਾਏ ਇੱਕ ਤਾਂ ਮੋਟਰਸਾਈਕਲ ਦਿਸੀ ਪਿਆ ਜਾਮਾ ਜੂਸਾਂ ਉਸਨੇ ਕੋਲ ਤਕਸਾਂ ਕਹਿ ਕੋਈ ਸ਼ੁਗਲ ਮੇਲਾ ਹੋਇਆ ਉਸ ਨਾਲ ਕੋਈ ਲਗਾ ਵੀ ਆ ਕੋਣੀ ਠੀਕ ਹੈ ਜੀ ਇਹ ਤਾਂ ਕੋਈ ਨਾ ਕੋਈ ਬੈਠੀ ਵੀ ਹੈ ਲੂੰਦੀ ਛੂੰਦੀ ਕੋਈ ਬਾਜ਼ ਸ਼ਾਜ਼ ਕਹਿ ਇੱਧਰ ਕਵੀਆਂ ਚੁਗਣੀਆਂ ਪੀਆਂ ਸੀਨ ਹੈ ਇਹ ਜੀ ਜਨਾਬ ਭਾਈ ਆਸਫਰ ਹੈ ਜਨਾਬ ਬਟਲੀ ਤੋਂ ਤਾਂ ਕੁਝ ਜ਼ੀਰੇ ਬਖਲਤੇ ਵੇ ਅੱਜ ਸਹੀ ਬੱਚੇ ਬਡੋਰਾਂ ਲਾਈਆਂ ਵਾ ਨੇ ਇੱਧਰ ਆਟੇ ਪਰ ਜਨਾਬ ਲੱਗੀਆਂ ਵਾ
ਇੱਧਰ ਬੱਚੇ ਚਾਲ ਹੋਣੀ ਵੀ ਸੀ, ਹੁਣ ਗਏ ਪਰ ਲੈ ਕੇ, ਹੁਣ ਚਾਲ ਥੋੜ੍ਹੀ ਮੱਠੀ ਹੋ ਗਈ। ਉੱਧਰ ਆਇਆ ਵੀ ਜੀ ਲਿਆਕਤ ਫਰੋਮ ਬਟਲੀ, ਇਹ ਲੱਗੇ ਆ ਆਪਣਾ ਸ਼ਿਕਾਰ ਕਰਨ ਲੱਗੇ ਆ, ਪਰ ਅਜੇ ਜੀ ਕੁਛ ਲੱਗੀ ਕੌਣ। ਇਹ ਬੂਟੇ ਕੱਪੀ ਤਾਂ, ਇਹ ਬੂਟੇ ਤਾਂ ਛੋਨੇ ਨਹੀਂ ਨਾ ਮੈਂ ਆਈ, ਜਿਹੜਾ ਸੁੱਕਾ ਲੱਭਿਆ ਨਾ ਸਿੱਧਾ ਘਰ ਹੈ, ਤਾਂ ਕੋਈ ਕਿਸੇ ਤਰੀਕਾ ਵਾ ਜਾਣੇ ਪਏ। ਦੋਸਤੋ ਟਿੰਗਰ ਹਾਈਕ ਤੁਸੀਂ ਦੱਸਣੇ ਆ ਜਨਾਬ, ਪਤਾ ਨਹੀਂ ਕੀ ਆ ਰਿਹਾ, ਵਾਹ ਇੱਕ ਠਿਪਰਾ ਅਤੇ ਇੱਕ ਟਿੰਗਰਾ, ਕਿਆ ਬਾਤ ਹੈ ਉਹ ਤੇਰੀ, ਵੱਲ ਲੱਭਿਆ ਵੀ ਦਾਣਾ ਯਾਰਾ ਕਸਮੇ, ਇਹ ਆਸਫ ਵੱਲ ਆ ਦਾਣਾ ਯਾਰਾ ਜ਼ਬਰਦਸਤ ਹੈ। ਹਾਂ ਨਾਲ ਇੱਕ ਠਿਪਰਾ ਵੀ ਚੰਗਾ ਸਾਈਜ਼ ਲਪੜਾਈ ਨਾ ਹੋਵੇ, ਕਿਲੋ ਲਗਭਗ ਕਿਲੋ ਨਾਲ ਲਗਭਗ ਟਿੰਗਰਾ ਆਇਆ ਨਾ ਯਾਰਾ, ਠੀਕ ਹੈ ਜੀ ਜਾਣਾ ਜੀ ਮਾੜੇ ਤੋਂ ਕੈਮਰਾ ਮਾਰਨਾ ਮਾਰਿਆ ਹਾਲ ਨਾ, ਇਸਨੇ ਤਾਂ ਕੈਮਰਾ ਸਾਨੂੰ ਮਾਰਨੇ ਪਰ ਸੀ ਮੱਛੀ ਤੁਹਾਨੂੰ ਦੱਸੀ ਹੋਈ। ਚਲੋ ਜੀ ਜੀ ਦੋਸਤੋ ਹੁਣ ਲਈ ਵੀ ਹੈ ਜੀ ਬਾਰਿਸ਼, ਅਤੇ ਆਇਆ ਸਾ ਬੁੰਡੇ ਮੈਂ ਇੱਧਰ, ਮੈਂ ਘੜੇ ਕੋਲ ਸੰਗੀ ਦੋਸਤ ਲੱਭਣੇ, ਇੱਕ ਵਾਰੀ ਆਸਾ ਵਾਰ ਸੇ ਇੱਕ ਸੀ ਲਿਆਕਤ, ਗੱਪ ਸ਼ੱਪ ਮਾਰੀ ਜੁਲਿਆ ਘਾਰ, ਅਤੇ ਵੀਡੀਓ ਵੀ ਇੱਥੇ ਹੀ ਕਰਨੇ ਆ ਇਸਤਾਮ ਪਜ਼ੀਰ, ਅਤੇ ਮਿਕੀ ਦਿਓ ਇਜਾਜ਼ਤ, ਅੱਲਾ ਸੋਹਣੇ ਵਾਲਾ ਹੈ ਇਨਸ਼ਾ ਅੱਲਾ, ਮਿਲ ਸਕਦੇ ਨੈਕਸਟ ਵੀਡੀਓ ਵਿੱਚ ਫੀ ਮਾਨ ਅੱਲਾ ਜੀ।